ਗੁਰੂ ਮੈਂ ਪਾਇਆ, ਰਾਗ ਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ, ਹਰ ਨਾਮ ਰਤ ਮਨ ਮੇਰੇ ਦੁੱਖ ਸਭ ਵਿਸਾਰਣਾ, ਸਭਨਾ ਗਲਾ ਸਮਰਾਜ ਸਵਾਮੀ ਸੁਖ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰਤੀ, ਸਾਡੇ ਕਵਿਤ ਕਹਿੰਦੇ ਕਵਿਤ ਸਤਿਗੁਰ ਰਹਿਆ ਪਰ ਪੂਰੇ, ਪਾਣੀ ਪਿਤਾ ਮਾਤਾ ਕਲਪ ਮਹੀਨਾ ਸਖਤ ਨਾਨਕ ਪਾਤਸ਼ਾਹ ਦਸਵੀਂ ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ, ਬਿਰੰਗ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਇ, ਅਰਜੁਨ ਨਰਗੋਬਿੰਦ ਨੋ ਸਿਮਰਉ ਸ੍ਰੀ ਹਰ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਕਿਥੇ ਸਭ ਦੁੱਖ ਜਾਇ, ਤੇ ਬਹਾਦਰ ਸਿਮਰਿਐ ਘਰ ਨੋ ਨਿਜ ਆਵੇ ਧਾਇ ਸਤਿ ਹੋਏ ਸਹਾਇ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਆਪ ਜੀ ਦੀ ਬਖਸ਼ਿਸ਼ ਕੀਤੀ ਸਾਸਾ ਰੂਪੀ ਪੂਣੀ ਨੂੰ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਸਪੁੱਤਰ ਸਰਦਾਰ ਸਤਿੰਦਰਪਾਲ ਸਿੰਘ ਜੀ ਸਮੂਹ ਪਰਿਵਾਰ ਨੇ ਵਿਛੜੀ ਆਤਮਾ ਦੇ ਭਲੇ ਵਾਸਤੇ ਗ੍ਰਹਿ ਕੇ ਗੁਰਬਾਣੀ ਦੇ ਜਾਪ ਕਰਵਾਏ ਹਨ। ਅੰਮ੍ਰਿਤ ਵੇਲੇ ਸੰਪੂਰਨਤਾ ਵੀ ਸਤਿਗੁਰੂ ਜੀ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਸਰਦਾਰ ਦਰਨੈਣ ਸਿੰਘ ਜੀ ਸੰਧ ਉਹਨਾਂ ਦੀ ਯਾਦ ਵਿੱਚ ਦੀਵਾਨ ਸਜੇ ਹਨ। ਸਤਿਗੁਰੂ ਜੀ ਸਜੇ ਦੀਵਾਨਾਂ ਵਿੱਚ ਵੈਰਾਗਮਈ ਸ਼ਬਦ ਕੀਰਤਨ ਗੁਰਮਤਿ ਵਿਚਾਰਾ ਅਨੰਤ ਸਾਹਿਬ ਜੀ ਦੇ ਜਾਪ ਹੋਏ ਹਨ। ਸਲੋਕ ਸਾਹਿਬ ਦਰਦਾਸ ਹੈ ਜੀ ਭੁੱਲ ਚੁੱਕ ਮੁਆਫ਼ ਕਰਨੀ, ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ, ਸ਼ੁੱਧ ਬਾਣੀ ਪੜ੍ਹਨੀ, ਬਲ ਬੁੱਧੀ ਸਮਰੱਥਾ ਭੈ ਪਿਆਰ ਬਖਸ਼ਿਸ਼ ਕਰਨਾ ਸਵਾਰ ਬਾਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ। ਸ੍ਰੀ ਮੰਗਲਾ ਪੰਜਵਾ ਗੋਬਿੰਦ ਜੀਵਨ ਪ੍ਰਾਣ ਰੂਪ ਅਗਿਆਨ ਮੋਹ ਮਗਨ ਮਾਪ੍ਰਾਣੀ ਅੰਧਿਆਰੇ ਮੈਂ ਦੀਪ ਮਨੈ ਚੜਾਵੋ ਧੂਪ ਹਾਰ ਪ੍ਰੋ ਤੁਮਰੇ। ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਸੰਧੂ ਹੋਰਾਂ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਪੁੱਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰੀ ਰਾਗੀ ਮੇਰੇ ਲਈ ਆਪਣੇ ਇਸ ਮਿੱਤਰ ਲਈ ਕੁਝ ਵੀ ਬੋਲਣਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ।
ਮੈਂ ਇੰਨੀ ਕੁ ਜਾਣਕਾਰੀ ਆਪ ਨਾਲ ਸਾਂਝੀ ਕਰਦਾ ਹਾਂ ਕਿ ਅਸੀਂ ਐੱਮ ਏ ਦੇ ਵਿੱਚ ਜਦ ਪੜ੍ਹਾਈ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਸ ਸਮੇਂ ਅਸੀਂ ਦੋਨੋਂ ਦੋਸਤ ਬਣੇ। ਜੁਲਾਈ 1970 ਦੀ ਗੱਲ ਹੈਗੀ ਹੈ। ਅੱਜ ਆਪਾਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਮਲੋਟ ਇਲਾਕੇ ਦੇ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਅੰਦਰ ਜੇ ਅੱਜ ਕਹਿ ਲਈਏ, ਕਿਉਂਕਿ ਸਤਵਿੰਦਰ ਪਾਲ ਹੁਣੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ, ਸੰਧੂ ਸਾਹਿਬ ਨੇ ਲਗਭਗ 33 ਸਾਲ ਦਾ ਲੰਬਾ ਸਮਾਂ ਬੇਦਾਗ ਸੇਵਾ ਪ੍ਰਿੰਸੀਪਲ ਕਮ ਡਾਇਰੈਕਟਰ ਵਜੋਂ GTB ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਿਭਾਈ। ਉਹ 31 ਅਗਸਤ 2007 ਨੂੰ ਸੇਵਾ ਮੁਕਤ ਹੋਏ। ਉਸ ਉਪਰੰਤ ਆਪ ਨੂੰ ਸੰਸਥਾ ਦੀ ਮੈਨੇਜਿੰਗ ਕਮੇਟੀ ਵਿੱਚ ਐਜੂਕੇਸ਼ਨਿਸਟ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਮੈਨੂੰ ਅਪ੍ਰੈਲ 1999 ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਰਦਾਰ ਜਰਨੈਲ ਸਿੰਘ ਜੀ, ਜੋ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਨੇੜਲੇ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਪ੍ਰਤੀ ਸ਼ਰਧਾ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰੀ ਸਾਧ ਸੰਗਤ ਆਈ। ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਗੁਰਦੁਆਰਾ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੇਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠੇ ਜਾਏ। ਮੇਰਾ ਸੰਧੂ ਪਰਿਵਾਰ ਨਾਲ 1980 ਵਿੱਚ ਬਹੁਤ ਨੇੜ ਹੋਇਆ, ਔਰ ਉਸ ਤੋਂ ਬਾਅਦ ਅੱਜ ਤੱਕ ਸੰਧੂ ਸਾਹਿਬ ਦੇ ਮੈਂ ਭਰਾਵਾਂ ਵਾਂਗੂ ਹੀ ਰਹੇ। ਜਦੋਂ ਵੀ ਸੰਧੂ ਸਾਹਿਬ ਨੂੰ ਮਿਲਣਾ ਤਾਂ ਉਹ ਛੋਟੇ ਭਰਾ ਵਾਂਗੂ ਹੀ ਉਹਨਾਂ ਨੇ ਮੈਨੂੰ ਟ੍ਰੀਟ ਕਰਨਾ। ਉਸ ਤਹਿਤ ਸਰਦਾਰ ਜਰਨੈਲ ਸਿੰਘ ਜੀ ਸੰਧੂ ਸਾਹਿਬ ਆਪਣੀ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ, ਜਿਸ ਦਾ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ, ਇਲਾਕੇ ਨੂੰ ਬਹੁਤ ਹੀ ਗਹਿਰਾ ਦੁੱਖ ਹੈ। ਕਿਉਂਕਿ ਜੋ ਇਨਸਾਨ ਪੈਦਾ ਹੁੰਦਾ, ਅੱਜ ਆਪਾਂ ਸਾਰੇ ਸਰਦਾਰ ਜਰਨੈਲ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਇਕੱਠੇ ਹੋਏ ਹਾਂ ਪ੍ਰਿੰਸੀਪਲ ਸਾਹਿਬ ਦੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ। ਮੇਰਾ ਇਸ ਪਰਿਵਾਰ ਨਾਲ ਬਹੁਤ ਹੀ ਨੇੜ ਦਾ ਰਿਸ਼ਤਾ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ ਥੋੜ੍ਹਾ ਟਾਈਮ ਮਿਲਿਆ ਉਹਨਾਂ ਦੀ ਛਤਰ ਛਾਇਆ ਥੱਲੇ ਤਾਲੀਮ ਹਾਸਲ ਕਰਨ ਦਾ। ਮੇਰੇ ਦੋਵੇਂ ਬੇਟੇ ਵੀ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਰਹੇ, ਕੁਛ ਦੇਰ ਲਈ ਉਹਨਾਂ ਨੇ ਵੀ ਇੱਥੇ ਪੜ੍ਹਾਈ ਕੀਤੀ। ਔਰ ਉਹਨਾਂ ਦਾ ਬੇਟਾ ਸਤਵਿੰਦਰ ਪਾਲ ਮੇਰਾ ਬਹੁਤ ਹੀ ਪਿਆਰਾ ਦੋਸਤ ਹੈ, ਭਰਾਵਾਂ ਵਰਗਾ। ਮੈਂ ਕਹਿ ਸਕਦਾ ਕਿ ਮੈਂ ਪਰਿਵਾਰ ਦਾ ਇੱਕ ਫਰਦ ਹੀ ਹਾਂ। ਉਸ ਰਿਸ਼ਤੇ ਦੇ ਮੁਤਾਬਕ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਸਾਰਿਆਂ ਨੇ ਇੱਥੇ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਔਰ ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਮਿਲੇ। ਬਹੁਤ ਬਹੁਤ ਸ਼ੁਕਰੀਆ ਜੀ।
ਬੜੀ ਮਿਹਰਬਾਨੀ। ਸਜਣ ਮੇਰੇ
ਸਤਿਨਾਮ ਦੇ ਚਰਨਾਂ ਵਿੱਚ ਕਰਦੇ ਹਾਂ ਸਤਿਗੁਰੂ ਜੀ ਆਤਮਾ ਪਾਸੋਂ ਜਾਣੇ ਅਣਜਾਣੇ ਸਦੀਵੀ ਨਿਵਾਸ ਬਖਸ਼ਿਸ਼ ਕਰਨ ਪਿੱਛੇ ਉਹਨਾਂ ਦੇ ਪਰਿਵਾਰ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਔਰ ਇਹ ਪਾਣਾ ਮੰਨਣ ਦਾ ਸਤਿਗੁਰੂ ਬਲ ਬਖਸ਼ਿਸ਼ ਕਰਨ ਇਤਨੀ ਸੇਵਾ ਪ੍ਰਵਾਨ ਕਰ ਲੈਣ ਹਾਜ਼ਰੀਆਂ ਭਰਦੇ ਹਾਂ ਕੀਰਤਨ ਕਰਦੇ ਹਾਂ ਦੇ ਪਾਠ ਉਪਰੰਤ ਸਮਾਪਤ ਰਾਮ ਕਲੀ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਹਰਨਾਮ ਰਤ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗਲਾ ਸਮਰਾਸਵਾਮੀ ਸੁੱਖ ਮਨੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਕਰਤੀ ਸਦਾ ਤੇਰੇ ਨਾਮ ਮਨੋ ਸਾਰੇ ਸੱਚੀ ਸਾਹਿਬ ਕਿਆ ਨਹੀਂ ਕਰਤੀ ਰਸਤਾ ਦਸਾਂ ਸੁਖਾਂ ਸੇ ਅਨੀਚਾਂ ਸਭ ਪੁਜਾਨੀਆਂ ਗੁਰੂ ਸੰਤਾਂ ਪੁੱਤਰੇ ਸੁਣੀ ਸੱਚੀ ਬਾਣੀ ਸਭੇ ਪਵਿੱਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਕਉ ਨਾਨਕ ਸਭ ਤੇਰੀ ਵਡਿਆਈ ਆਖਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਨਹੀਂ ਧਿਆਇ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਇ ਅਰਜੁਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਕਿਥੇ ਸਭ ਦੁੱਖ ਜਾਇ ਤੇ ਬਹਾਦਰ ਸਿਮਰਿਐ ਘਰ ਨੋ ਨਿਧ ਆਵੇ ਧਾਈ ਸਤਿ ਹੋਇ ਸਹਾਇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਚਾਰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਗੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਹ ਚਲਾਈ ਤੇਜ ਵਾਹੀ ਦੇਹ ਕੰਡਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤਾਇ ਖੋਪੜੀਆਂ ਲਵਾਈਆਂ ਤਿਰਕੜੀਆਂ ਚੜੇ ਆਰਿਆਂ ਨਾਲ ਚਰਾਏ ਗਿਆ ਧਰਮਣੀ ਹਾਰਿਆ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਚੇਤਿਆ
ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਸ਼ ਤੇ ਫਤਿਹ ਬਿਰਧ ਕੀ ਪੈਜ ਰਹੇ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਏਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੂ ਦਾਨ ਪ੍ਰਸਾਦ ਦਾਨ ਦਾਨਾ ਸਰਦਾਨ ਨਾਮ ਦਾਨ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦੇ ਰਾਖੇ ਤਰ ਜੀਉ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰ ਧਾਮ ਗੁਰਦੁਆਰੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਹੇ ਨਿਮਾਣਿਓ ਕੇ ਮਾਨ ਨਿਤਾਣਿਓ ਕੇ ਦਾਨ ਕੇ ਆਸਰੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਦੋ ਆਪ ਜੀ ਦੀ ਬਖਸ਼ਿਸ਼ ਕੀਤੀ ਸਾਸਾ ਰੂਪੀ ਪੂੰਜੀ ਨੂੰ ਭੋਗਦੇ ਹੋਏ ਆਪ ਜੀ ਦੇ ਹੁਕਮ ਅਨੁਸਾਰ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਪੁੱਤਰ ਸਰਦਾਰ ਸਤਿੰਦਰ ਪਾਲ ਸਿੰਘ ਜੀ ਸਮੂਹ ਪਰਿਵਾਰ ਨੇ ਵਿਛੜੀ ਆਤਮਾ ਦੇ ਭਲੇ ਵਾਸਤੇ ਗ੍ਰਹਿ ਵਿਖੇ ਗੁਰਬਾਣੀ ਦੇ ਜਾਪ ਕਰਵਾਏ ਹਨ ਅੰਮ੍ਰਿਤ ਵੇਲੇ ਸੰਪੂਰਨਤਾ ਵੀ ਸਤਿਗੁਰੂ ਜੀ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਸਰਦਾਰ ਜਰਨੈਲ ਸਿੰਘ ਜੀ ਸੰਗ ਉਹਨਾਂ ਦੀ ਯਾਦ ਵਿੱਚ ਦੀਵਾਨ ਸਜੇ ਹਨ ਸਤਿਗੁਰੂ ਜੀ ਸਜੇ ਦੀਵਾਨਾਂ ਵਿੱਚ ਵੈਰਾਗਮਈ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਅਨੰਤ ਸਾਹਿਬ ਜੀ ਦੇ ਜਾਪ ਹਨ ਸਲੋਕ ਸਹਿ ਅਰਦਾਸ ਹੈ ਜੀ ਭੁੱਲ ਚੁੱਕ ਮੁਆਫ ਕਰਨੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਬਾਣੀ ਪ੍ਰਣੀ ਬਲ ਬੁੱਧੀ ਸਮਰੱਥਾ ਭੈ ਪਿਆਰ ਬਖਸ਼ਿਸ਼ ਕਰਨਾ ਸਵਾਰ ਬਾਣੀ ਦਾ ਬਲ ਕੀਰਤਨ ਦਾ ਬਲ ਵਿਛੜੀ ਆਤਮਾ ਨੂੰ ਬਖਸ਼ਿਸ਼ ਕਰਨਾ ਸਦੀਪ ਕਾਲ ਪਾਵਨ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਸਰਾਬ ਸੰਬੰਧੀਆਂ ਨੂੰ ਸਰਬੱਤ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰ ਦੇ ਸਿਰ ਤੇ ਮੇਰ ਪ੍ਰਯਾਤ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਸਹਾਈ ਹੋਣਾ ਜੀ ਸਰਬੱਤ ਸੰਗਤਾਂ ਦੀ ਪਰਿਵਾਰ ਦੀ ਦਿਲ ਭਰਪੇਟਾ ਹਾਜ਼ਰੀ ਸੇਵਾ ਦਰ ਪ੍ਰਵਾਨ ਕਰਨੀ ਦਰੋਂ ਘਰੋ ਨਾਮ ਦਾ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਬੇਅੰਤ ਕੜਾ ਪ੍ਰਸ਼ਾਦ ਭੇਟਾ ਕੀਤਾ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਜੋ ਮਾਈ ਭਾਈ ਸਕੇ ਸਤਨਾਮ ਵਾਹਿਗੁਰੂ ਦਾ ਜਾਪ ਤੇ ਪਾਵਨ ਹੁਕਮਨਾਮੇ ਬਖਸ਼ਿਸ਼ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ਿਸ਼ ਕਰੋ ਜੀ ਸੁਖ ਹੋਵੇ ਤੇਰਾ ਨਾਮ ਚੇਤਿਆ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਗੁਰਗ੍ਰੰਥ ਜੀ ਮਾਨੇ ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਰਵੀ ਸਭ ਗੁਰਨਾ
ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਸੰਧੂ ਹੋਰਾਂ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਪੁੱਜੀ ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਭਾਈ ਲਖਵਿੰਦਰ ਸਿੰਘ ਹੋਰਾਂ ਨੇ ਬਹੁਤ ਹੀ ਵੈਰਾਗਮਈ ਕੀਰਤਨ ਕਰਦਿਆਂ ਜ਼ਿੰਦਗੀ ਅਤੇ ਮੌਤ ਦੇ ਫਲਸਫੇ ਨੂੰ ਸੰਗਤ ਨੂੰ ਆਪਾਂ ਨੂੰ ਸਾਰਿਆਂ ਨੂੰ ਸਮਝਾਉਣ ਦਾ ਸਫਲ ਯਤਨ ਕੀਤਾ। ਭਾਈ ਸਾਹਿਬ ਹੋਰਾਂ ਦੇ ਵੈਰਾਗਮਈ ਕੀਰਤਨ ਤੋਂ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਹੋਰਾਂ ਦੇ ਸਲੋਕਾਂ ਤੋਂ ਬਾਅਦ ਕੋਈ ਬਹੁਤੀਆਂ ਗੱਲਾਂ ਦੀ ਜ਼ਰੂਰਤ ਨਹੀਂ ਹੁੰਦੀ, ਪਰ ਸਰਦਾਰ ਜਰਨੈਲ ਸਿੰਘ ਸੰਧੂ ਹੋਰਾਂ ਵਰਗੀ ਸ਼ਖਸੀਅਤ ਦੇ ਤੁਰ ਜਾਣ ਤੋਂ ਬਾਅਦ ਗੱਲਾਂ ਜਾਂ ਦੁੱਖ ਸਾਂਝੇ ਕਰਨ ਵਾਲੇ ਜੇ ਸ਼ਬਦ ਲਫ਼ਜ਼ ਮੁੱਕਣ ਵਿੱਚ ਹੀ ਨਹੀਂ ਆ ਰਹੇ।
ਉਹਨਾਂ ਦੇ ਹੋਣਹਾਰ ਬੇਟੇ ਸਤਵਿੰਦਰਪਾਲ ਸਿੰਘ, ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਟੀਟੂ ਵੀ ਆਖਦੇ ਹਾਂ, ਅਤੇ ਸਮੁੱਚੇ ਪਰਿਵਾਰ ਨਾਲ ਤੁਸੀਂ ਸਮੁੱਚੀ ਸਾਧ ਸੰਗਤ ਨੇ ਬਹੁਤ ਵੱਡੀ ਸਰਦਾਰ ਸੰਧੂ ਹੋਰਾਂ ਦੀ ਸ਼ਖਸੀਅਤ ਦਾ ਦੱਸਣ ਦਾ ਗੱਲ ਹੈ। ਆਪਾਂ ਸਾਰੇ ਪਰਿਵਾਰ ਦੇ ਮੈਂਬਰ ਹਾਂ, ਲੰਬੇ ਸਮੇਂ ਤੋਂ ਉਹਨਾਂ ਨਾਲ ਜੁੜੇ ਹਾਂ। ਜੇ ਸਾਰੇ ਜੀਵਨ 'ਤੇ ਉਹਨਾਂ ਦੇ ਝਾਤ ਪਾਈਏ ਤਾਂ ਬਹੁਤ ਜ਼ਿਆਦਾ ਸਮਾਂ ਚਾਹੀਦਾ। ਉਹ ਕਿਹਾ ਵੀ ਸਮਾਗਮ ਲੰਬਾ ਨਹੀਂ ਕਰਨਾ, ਪਰ ਜਦੋਂ ਐਡੀ ਵੱਡੀ ਸ਼ਖਸੀਅਤ ਸਾਨੂੰ ਸਦਾ ਵੀ ਛੱਡ ਕੇ ਤੁਰ ਜਾਂਦੀ ਹੈ ਤਾਂ ਯਕੀਨਨ ਹਰ ਇੱਕ ਦੇ ਮਨ ਵਿੱਚ ਵਲਵਲੇ, ਹਰ ਇੱਕ ਦੇ ਮਨ ਵਿੱਚ ਪਿਆਰ ਸਤਿਕਾਰ ਹੁੰਦਾ ਹੈ ਜਿਨ੍ਹਾਂ ਨੇ ਉਹਨਾਂ ਤੋਂ ਵਿੱਦਿਆ ਪ੍ਰਾਪਤ ਕੀਤੀ ਹੈ ਜਾਂ ਉਹਨਾਂ ਦੇ ਸਾਥੀ ਰਹੇ ਨੇ। ਉਹ ਸਾਰਿਆਂ ਦੇ ਮਨਾਂ ਵਿੱਚ ਹੁੰਦਾ ਹੈ ਕਿ ਮੈਂ ਵੀ ਸੰਗਤਾਂ ਆਹ ਗੱਲ ਸਾਂਝੀ ਕਰਾਂ। ਆ ਕੇ ਹੋਇਆ ਉਹ ਡੱਬ ਵਾਲੀ ਢਾਬ ਤੋਂ ਉਹਨਾਂ ਨੇ ਪ੍ਰਾਇਮਰੀ ਸਕੂਲ ਤੱਕ ਦੀ ਪੜ੍ਹਾਈ ਕੀਤੀ, BA DAV ਕਾਲਜ ਹਬੋਰ ਤੋਂ, MA ਇੰਗਲਿਸ਼ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ, ਫਿਰ ਡਿਗਰੀ ਕਰਨ ਉਪਰੰਤੋਂ 1971 ਵਿੱਚ MR ਉਸਵੈਨ ਸਕੂਲ ਦੇ ਪ੍ਰਿੰਸੀਪਲ 4 ਸਾਲਾਂ ਦੀ ਰਹੇ। ਫਿਰ ਇਲਾਕੇ ਦੀ ਜੋ ਹੁਣ ਸਿਰਮੌਰ ਨਾਮਵਰ ਵਿੱਦਿਅਕ ਸੰਸਥਾ ਹੈ, ਗੁਰੂ ਤੇਗ ਬਹਾਦਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਉਹ ਪ੍ਰਿੰਸੀਪਲ 2007 ਤੱਕ ਰਹੇ। ਔਰ ਜਦੋਂ ਉਹ ਸਕੂਲ ਸੰਭਾਲਿਆ ਉਹਨਾਂ ਨੇ ਉਦੋਂ 165 ਬੱਚੇ ਸੀ ਸਕੂਲ ਦੇ ਵਿੱਚ, ਔਰ ਜਦੋਂ ਉਹਨਾਂ ਨੇ ਇਹ ਅਹੁਦਾ ਛੱਡਿਆ ਤਾਂ ਉਸ ਟਾਈਮ ਸਕੂਲ ਵਿੱਚ 3000 ਦੇ ਕਰੀਬ 2781 ਬੱਚੇ ਹੋ ਚੁੱਕੇ ਸਨ, ਜੋ ਇੱਕ ਰਿਕਾਰਡ ਹੈ। ਉਹਨਾਂ ਦਾ ਵਿਆਹ ਸਤਿਕਾਰਯੋਗ ਗੁਰਚਰਨ ਕੌਰ ਨਾਲ 1960 ਵਿੱਚ ਤਲਵੰਡੀ ਸਾਬੋ ਵਿਖੇ ਘੁਲਾਟੀਆ ਪਰਿਵਾਰ ਵਿੱਚ ਹੋਇਆ, ਜੋ ਆਜ਼ਾਦੀ ਘੁਲਾਟੀਆ ਪਰਿਵਾਰ ਹੈ। ਸਤਵਿੰਦਰਪਾਲ ਸਿੰਘ ਜੋ ਇੰਜੀਨੀਅਰ ਨੇ, JEE ਨੇ, ਉਹਨਾਂ ਦੇ ਹੋਣਹਾਰ ਬੇਟੇ ਹੈ। ਰਾਜਵੰਤ ਕੌਰ ਜੋ ਅਧਿਆਪਕਾ ਹੈ, ਵਿੱਦਿਆ ਪੜ੍ਹਾ ਰਹੇ ਬੱਚਿਆਂ ਨੂੰ, ਉਹਨਾਂ ਦੀ ਨੂੰਹ ਹੈ। ਗੁਰਿੰਦਰ ਕੌਰ ਵੱਡੀ ਲੜਕੀ ਜੋ ਜਸਵੀਰ ਸਿੰਘ ਹੋਰਾਂ ਨਾਲ ਵਿਆਹੀ ਆ ਔਰ ਕਨੇਡਾ ਰਹਿੰਦੇ ਨੇ। ਰਣਜਿੰਦਰ ਕੌਰ ਜੋ ਸਰਦਾਰ ਜਗਤਾਰ ਸਿੰਘ ਹੋਰਾਂ ਨਾਲ ਸਾਡੀ ਭੈਣ ਵਿਆਹੀ ਹੈ, ਉਹ ਵੀ ਕਨੇਡਾ ਰਹਿੰਦੇ ਨੇ। ਰਣਜੀਤ ਕੌਰ ਦਾ ਵਿਆਹ ਰਜੇਸ਼ ਪਾਲ ਸਿੰਘ ਹੋਰਾਂ ਨਾਲ ਹੋਇਆ। ਜੈਸਮੀਨ ਅਤੇ ਤਿਰਪਤ ਪਾਲ ਸਿੰਘ ਉਹਨਾਂ ਦੀ ਪੋਤੀ ਅਤੇ ਪੋਤੇ ਨੇ ਜੋ ਵਿੱਦਿਆ ਪ੍ਰਾਪਤ ਕਰ ਰਹੇ ਨੇ। ਨੈਸ਼ਨਲ ਅਵਾਰਡ ਵੀ ਮਿਲਿਆ। ਔਰ ਇਸ ਤੋਂ ਇਲਾਵਾ ਜੋ ਸਰਕਾਰ ਆਪਾਂ ਇਲਾਕਾ ਵਾਸੀਆਂ ਨੇ, ਪੰਜਾਬ ਵਾਸੀਆਂ ਨੇ ਦਿੱਤਾ, ਉਹ ਬਹੁਤ ਵੱਡਾ ਅਵਾਰਡ ਹੈ ਜੋ ਉਹਨਾਂ ਦੇ ਅੱਤ ਪਿਆਰੇ ਦੋਸਤ ਪ੍ਰਿੰਸੀਪਲ ਜਰਨੈਲ ਸਿੰਘ ਸੰਧੂ ਦੇ ਸ਼ਰਧਾਂਜਲੀ ਸਮਾਗਮ ਦੇ ਵਿੱਚ ਹਾਜ਼ਰ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਵਿੱਚ ਵਿਰਾਜਮਾਨ ਸੁਭਾਇਮਾਨ ਸਾਧ ਸੰਗਤ ਜੀ, ਫਤਿਹ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਲਈ, ਆਪਣੇ ਇਸ ਮਿੱਤਰ ਲਈ ਕੁਝ ਵੀ ਬੋਲਣਾ ਬਹੁਤ ਹੀ ਮੁਸ਼ਕਿਲ ਲੱਗ ਰਿਹਾ। ਮੈਂ ਇੰਨੀ ਕੁ ਜਾਣਕਾਰੀ
ਆਪ ਨਾਲ ਸਾਂਝੀ ਕਰਦਾ ਹਾਂ ਕਿ ਅਸੀਂ ਐਮ ਏ ਦੇ ਵਿੱਚ ਜਦ ਪੜ੍ਹਾਈ ਕੀਤੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਉਸ ਸਮੇਂ ਅਸੀਂ ਦੋਨੋਂ ਦੋਸਤ ਬਣੇ। ਜੁਲਾਈ 1970 ਦੀ ਗੱਲ ਹੈਗੀ ਹੈ, ਸੋਰੀ ਜੁਲਾਈ 1968 ਦੀ ਗੱਲ ਹੈਗੀ ਹੈ। ਤਾਂ ਜਾਂਦੇ ਸਾਰ ਸਾਡੀ ਇੰਟੀਮੇਸੀ ਹੋਈ ਪਹਿਲੇ ਪੰਜ ਚਾਰ ਦਿਨਾਂ ਦੇ ਵਿੱਚ ਹੀ। ਤਾਂ ਇਹਨਾਂ ਨੇ ਮੈਨੂੰ ਦੱਸਿਆ, ਜਦ ਜਾਣਕਾਰੀ ਹੋਈ ਕਿ ਬਈ ਮੈਂ ਤਾਂ ਇੱਥੇ ਪੜ੍ਹਨ ਵਾਸਤੇ ਆਇਆ ਹਾਂ, ਮੈਂ ਸ਼ਾਦੀਸ਼ੁਦਾ ਵੀ ਹਾਂ, ਮੇਰੇ ਦੋ ਬੱਚੇ ਵੀ ਹਨ, ਅਤੇ ਪੜ੍ਹਾਈ ਲਈ ਆਇਆ ਹਾਂ, ਔਰ ਮੈਂ ਕੋਈ ਅਜਿਹਾ ਸਾਥੀ ਚਾਹੁੰਦਾ ਹਾਂ, ਅਜਿਹਾ ਦੋਸਤ ਚਾਹੁੰਦਾ ਹਾਂ ਜੋ ਪੜ੍ਹਾਈ ਵਿੱਚ ਦਿਲਚਸਪੀ ਰੱਖਦਾ ਹੋਵੇ। ਅੱਜ ਆਪਾਂ ਸਾਰੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮਲੋਟ ਇਲਾਕੇ ਦੇ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਅੰਦਰ, ਜੇ ਅੱਜ ਕਹਿ ਲਈਏ, ਕਿਉਂਕਿ ਸਤਵਿੰਦਰ ਪਾਲ ਹੁਣੀ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਮੁਲਾਜ਼ਮ ਲਹਿਰ ਦੇ ਵਿੱਚ ਇੱਕ ਜ਼ਿਕਰ ਆ, ਮੈਂ ਕਹਿ ਸਕਦਾ ਕਿ ਅਬੋਹਰ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦੇ ਮੁਲਾਜ਼ਮਾਂ ਦੇ ਅੰਦਰ ਅੱਜ ਇਸ ਗੱਲ ਦਾ ਦਰਦ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਪਿਤਾ ਜੀ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਜੀ ਸੰਧੂ ਜਿਹੜੇ ਅੱਜ ਸਾਡੇ ਵਿੱਚ ਨਹੀਂ ਰਹੇ, ਉਹਦਾ ਦੁੱਖ ਇਕੱਲੇ ਉਹਨਾਂ ਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਇਹ ਦਰਦ ਸਮੁੱਚੇ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਵਿੱਚ ਆ। ਦੋ ਤਰ੍ਹਾਂ ਦੇ ਮਨੁੱਖ ਇਸ ਦੁਨੀਆਂ ਦੇ ਵਿੱਚ ਆਉਂਦੇ ਆ, ਇੱਕ ਮਨੁੱਖ ਉਹ ਹੁੰਦੇ ਆ ਜਿਹੜੇ ਆਪਣੇ ਪਰਿਵਾਰ ਦੇ ਲਈ ਜਿਉਂਦੇ ਆ, ਪਰਿਵਾਰ ਦੇ ਲਈ ਮਰਦੇ ਆ। ਇੱਕ ਦੂਸਰੀ ਤਰ੍ਹਾਂ ਦੇ ਮਨੁੱਖ ਹੁੰਦੇ ਆ ਜਿਹੜੇ ਆਪਣੇ ਪਰਿਵਾਰ ਦੇ ਲਈ ਵੀ ਜਿਉਂਦੇ ਆ, ਪਰ ਪਰਿਵਾਰ ਦੇ ਲਈ ਕਰਦੇ ਕਰਦੇ ਨਾਲ ਦੀ ਨਾਲ ਇਸ ਸਮਾਜ ਦੇ ਅੰਦਰ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ ਉਹਦੇ ਤੇ ਵੀ ਨਜ਼ਰ ਮਾਰਦੇ ਆ। ਔਰ ਮੈਂ ਜਿੰਨਾ ਕਿ ਇਸ ਪਰਿਵਾਰ ਨੂੰ ਜਾਣਦਾ ਪਿਛਲੇ 10-15 ਸਾਲਾਂ ਤੋਂ, ਕਿ ਪਾਸ਼ ਨੇ ਲਿਖਿਆ ਸਭ ਤੋਂ ਖਤਰਨਾਕ ਤੇ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਵੇਖਦੇ ਹੋਏ ਵੀ ਠੰਡੀ ਅੱਖ ਹੁੰਦੀ ਹੈ। ਜ਼ੁਲਮ ਨੂੰ ਵੇਖ ਕੇ ਜਿਸ ਅੱਖ ਦੇ ਵਿੱਚ ਅੱਥਰੂ ਨਾ ਆਵੇ, ਪਾਸ਼ ਲਿਖਦਾ ਕਿ ਉਹ ਅੱਖ ਸਾਰਿਆਂ ਤੋਂ ਖਤਰਨਾਕ ਹੁੰਦੀ ਹੈ। ਔਰ ਮੈਂ ਨੇੜਿਓਂ ਰਹਿ ਕੇ ਵੇਖਿਆ, ਸਾਡੇ ਅੰਕਲ ਜੀ ਪ੍ਰਿੰਸੀਪਲ ਸਰਦਾਰ ਜਰਨੈਲ ਸਿੰਘ ਜੀ ਸੰਧੂ, ਉਹਨਾਂ ਦੇ ਜੇ ਜ਼ੁਲਮ ਵੇਖਿਆ ਤਾਂ ਉਹਨਾਂ ਦੀ ਅੱਖ ਦੇ ਵਿੱਚ ਅੱਥਰੂ ਆਏ ਹੈ, ਗੁੱਸਾ ਸ਼ਾਮਿਲ ਹੋਏ ਹਾਂ। ਸੰਧੂ ਸਾਹਿਬ ਨੇ ਲਗਭਗ 33 ਸਾਲ ਦਾ ਲੰਬਾ ਸਮਾਂ ਬੇਦਾਗ ਸੇਵਾ ਪ੍ਰਿੰਸੀਪਲ ਕਮ ਡਾਇਰੈਕਟਰ ਵਜੋਂ GTB ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਨਿਭਾਈ। ਉਹ 31 ਅਗਸਤ 2007 ਨੂੰ ਸੇਵਾ ਮੁਕਤ ਹੋਏ। ਉਸ ਉਪਰੰਤ ਆਪ ਨੂੰ ਸੰਸਥਾ ਦੀ ਮੈਨੇਜਿੰਗ ਕਮੇਟੀ ਵਿੱਚ ਐਜੂਕੇਸ਼ਨਿਸਟ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਮੈਨੂੰ April 1999 ਤੋਂ 2007 ਤੱਕ ਲਗਭਗ 18 ਸਾਲ ਦਾ ਲੰਬਾ ਸਮਾਂ ਉਹਨਾਂ ਅਧੀਨ ਲੈਕਚਰਰ, ਹੈਡਮਿਸਟਰੈਸ ਅਤੇ ਕੋ ਐਡਮਿਨਿਸਟ੍ਰੇਟਰ ਦੇ ਤੌਰ 'ਤੇ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਮੈਂ ਆਪਣੇ ਅਤੇ ਆਪਣੇ ਅਧਿਆਪਕ ਸਾਥੀਆਂ ਦੀਆਂ ਭਾਵਨਾਵਾਂ
ਕੁਝ ਵਿਚਾਰਾਂ ਦੇ ਰੂਪ ਵਿੱਚ ਆਪ ਨਾਲ ਸਾਂਝੇ ਕਰਾਂਗੇ। ਜੁਲਾਈ 1973 ਵਿੱਚ GTB ਸੰਸਥਾ ਦੇ ਫਾਊਂਡਰ ਚੇਅਰਮੈਨ ਡਾਕਟਰ ਪ੍ਰਤਪਾਲ ਸਿੰਘ ਜੀ ਨੇ ਆਪਣੇ ਸਹਿਯੋਗੀ ਮੈਂਬਰਾਂ ਦੇ ਨਾਲ ਇਸ ਵਿੱਦਿਆ ਪੱਖੋਂ ਪਿਛੜੇ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਪੌਦਾ ਗੁਰੂ ਤੇਗ ਬਹਾਦਰ ਸਕੂਲ ਦੇ ਰੂਪ ਵਿੱਚ ਲਗਾਇਆ, ਜੋ ਕਿ ਅੱਜ 4 ਵਿਸ਼ਾਲ ਇਮਾਰਤਾਂ ਦਾ ਰੂਪ ਭਾਵ ਬਾਬਾ ਬੋਹੜ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਨੂੰ ਸਿੰਚਣ ਅਤੇ ਵੱਡਾ ਕਰਨ ਦੇ ਵਿੱਚ ਪ੍ਰਿੰਸੀਪਲ ਜਰਨੈਲ ਸਿੰਘ ਸੰਧੂ ਨੇ ਆਪਣੇ ਅਣਥੱਕ ਮਿਹਨਤੀ ਅਧਿਆਪਕਾਂ ਦੀ ਟੀਮ, ਮੈਨੇਜਿੰਗ ਕਮੇਟੀ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਸਦਕਾ ਤਨ ਮਨ ਨਾਲ ਵਡਮੁੱਲਾ ਯੋਗਦਾਨ ਪਾਇਆ। ਸਰਦਾਰ ਜਰਨੈਲ ਸਿੰਘ ਸੰਧੂ ਨਾਮ ਦੇ ਹੀ ਜਰਨੈਲ ਨਹੀਂ ਸਨ, ਸਗੋਂ ਇਸ ਇਲਾਕੇ ਦੇ ਵਿੱਦਿਆ ਦੇ ਚਾਨਣ ਮੁਨਾਰੇ, ਜਾਂ ਇਹ ਕਹਿ ਲਓ ਕਿ ਉਹ ਵਿੱਦਿਅਕ ਫੌਜਾਂ ਦੇ ਜਰਨੈਲ ਸਨ, ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਸੰਧੂ ਸਾਹਿਬ ਦੀ ਸ਼ਖਸੀਅਤ ਦੇ ਸੰਬੰਧ ਵਿੱਚ ਮੈਂ ਇਹੋ ਕਹਾਂਗੀ ਕਿ ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਸੰਸਥਾ ਤੋਂ ਭਾਵ ਇੱਕ ਆਰਗੇਨਾਈਜੇਸ਼ਨ ਤੋਂ ਹੈ, ਜਿਸ ਦਾ ਨਿਰਮਾਣ ਇੱਕ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ। ਜੇ ਗਏ ਦੋ ਐਜੂਕੇਸ਼ਨਿਸਟ ਮੇਰੇ ਕੋਲ ਪਹੁੰਚੇ, ਜਿਨ੍ਹਾਂ ਨੇ ਇਹ ਕਿ ਜੇਕਰ ਤੁਸੀਂ ਇੱਕ ਬਹੁਤ ਵਧੀਆ ਲਾਇਬ੍ਰੇਰੀ ਸੁਖਾਵੇਂ ਵਾਤਾਵਰਣ ਲਈ ਚਾਹੁੰਦੇ ਹੋ, ਤਾਂ ਉਹ GTB ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਹੈ, ਤਾਂ ਇਸ ਨਾਲ ਮੇਰਾ ਸਿਰ ਬਹੁਤ ਉੱਚਾ ਹੋਇਆ। ਇਸੇ ਤਰ੍ਹਾਂ ਆਪ ਪਰਿਵਾਰਿਕ ਟੂਰ 'ਤੇ ਕੈਨੇਡਾ ਵਿਖੇ ਗਏ, ਜਿੱਥੇ ਆਪ ਨੇ ਵੱਖ ਵੱਖ ਸਕੂਲ ਵਿਜ਼ਿਟ ਕੀਤੇ ਅਤੇ ਅਤੇ ਆਪਣੀ ਮੈਨੇਜਿੰਗ ਕਮੇਟੀ ਨਾਲ ਸਾਂਝੀ ਕੀਤੀ। ਉਹਨਾਂ ਨੇ ਸਕੂਲ ਦੇ ਵਿੱਚ ਸਿਸਟਮ ਵਿੱਚ ਚਲਾਉਣ ਲਈ 3 ਅਸੂਲਾਂ 'ਤੇ ਜ਼ੋਰ ਦਿੱਤਾ: ਹਾਰਡ ਵਰਕ, ਹੈਲਦੀ ਵਰਕ ਕਲਚਰ ਅਤੇ ਜਿਹੜਾ ਹੈ ਡਿਸਿਪਲਿਨ ਐਟਮੋਸਫੀਅਰ, ਜਿਨ੍ਹਾਂ ਸਦਕਾ ਸਕੂਲ ਵਿੱਚ ਹਰ ਸਾਲ ਡਿਸਟ੍ਰਿਕਟ, ਸਟੇਟ, ਮੈਰਿਟ ਪੋਜੀਸ਼ਨ ਅਤੇ ਟੌਪ ਪੋਜੀਸ਼ਨ ਵਿੱਚ ਵਾਧਾ ਹੁੰਦਾ ਗਿਆ ਅਤੇ ਅੱਜ ਵੀ ਮੌਜੂਦਾ ਸਮੇਂ ਵਿੱਚ ਜਾਰੀ ਹੈ। ਸੇਵਾ ਮੁਕਤੀ ਪ੍ਰਾਂਤ ਕਮੇਟੀ ਮੈਂਬਰ ਵਜੋਂ ਮੌਜੂਦਾ ਚੇਅਰਮੈਨ ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਸਰਦਾਰ ਜਰਨੈਲ ਸਿੰਘ ਜੀ, ਜੋ ਸਾਰੇ ਹੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਨੇੜਲੇ ਸਾਥੀਆਂ ਨੂੰ ਸਦੀਵੀ ਵਿਛੋੜਾ ਦੇ ਗਏ, ਉਹਨਾਂ ਦੇ ਪ੍ਰਤੀ ਸ਼ਰਧਾ ਲੈ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸਾਰੀ ਸਾਧ ਸੰਗਤ ਆਈ ਹੈ, ਗੁਰੂ ਦੇ ਅੱਗੇ ਅਰਦਾਸ ਕੀਤੀ ਹੈ। ਮੇਰੇ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਜੀ, ਉਹਨਾਂ ਦੇ ਬਹੁਤ ਕਰੀਬੀ ਸਾਥੀ, ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਹੋਰ ਵੀ ਸਤਿਕਾਰਯੋਗ ਬੁਲਾਰਿਆਂ ਨੇ ਉਹਨਾਂ ਬਾਰੇ ਦੱਸਿਆ। ਇਹ ਗੱਲ ਅਤਕਥਨੀ ਨਹੀਂ ਕਿ ਸਾਡਾ ਜਿਹੜਾ ਪਛੜਿਆ ਇਲਾਕਾ ਵਿੱਦਿਆ ਦੇ ਪੱਖੋਂ ਸੀ, ਉਹਨੂੰ ਬਹੁਤ ਵੱਡੀ ਜਿਹੜੀ ਚਾਨਣ ਮਨਾਰਾ ਬਣ ਕੇ ਪ੍ਰਿੰਸੀਪਲ ਜਰਨੈਲ ਸਿੰਘ ਜੀ ਸੰਧੂ ਸਾਹਿਬ ਅਤੇ ਇੱਕ ਹੋਰ ਪਰਉਪਕਾਰੀ ਸ਼ਖਸੀਅਤ ਡਾਕਟਰ ਪ੍ਰਿਤਪਾਲ ਸਿੰਘ ਜੀ, ਜਿਨ੍ਹਾਂ ਨੇ ਸ਼ੁਰੂਆਤ ਕਰਕੇ ਬਹੁਤ ਵੱਡੀ ਜਿਹੜੀ ਇਸ ਇਲਾਕੇ ਨੂੰ ਦੇਣ ਦਿੱਤੀ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਪੜ੍ਹਾਏ ਹੋਏ ਬਹੁਤ ਸਾਰੇ ਵੱਡੇ ਅਫਸਰ ਸਾਹਿਬਾਨ ਬਣ ਗਏ, ਵੱਡਿਆਂ ਨਾਲ ਪ੍ਰਿੰਸੀਪਲ ਸਾਹਿਬ ਵੀ ਬਹੁਤ ਵੱਡੇ ਬਣ ਗਏ। ਅੱਜ ਉਹ ਪੰਜਾਬ ਦੇ ਵਿਦਵਾਨਾਂ ਵਿੱਚ, ਹਿੰਦੁਸਤਾਨ ਦੇ ਵਿਦਵਾਨਾਂ ਵਿੱਚ ਜਾਣੇ ਜਾਣ ਲੱਗੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ,
ਆਓ ਗੁਰੂ ਦੁਆਰਾ ਬਖਸ਼ੀ ਫਤਿਹਰਾ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸਤੇ ਉੱਠੀ ਜਾਏ। ਗੁਰੂ ਪਾਤਸ਼ਾਹ ਦੇ ਮਹਾਂਵਾਕ ਅਨੁਸਾਰ ਜੋ ਇਨਸਾਨ ਇਸ ਦੁਨੀਆਂ 'ਤੇ ਆਉਂਦਾ ਹੈ ਉਸਨੂੰ ਆਪਣੀ ਇੱਕ ਦਿਨ ਜੀਵਨ ਲੀਲਾ ਸਮਾਪਤ ਕਰਕੇ ਇੱਥੋਂ ਜਾਣਾ ਪੈਂਦਾ ਹੈ। ਪਰ ਕੁਝ ਸ਼ਖਸੀਅਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਉਮਰ ਦੇ ਜਿਸ ਵੀ ਪੜਾਅ 'ਤੇ ਸੰਸਾਰ ਤੋਂ ਜਾਂਦੀਆਂ ਨੇ ਉਹਨਾਂ ਦਾ ਜੋ ਦੁੱਖ ਹੈ ਉਹ ਬੜਾ ਅਸਹਿ ਔਰ ਅਕਹਿ ਹੁੰਦਾ ਹੈ। ਨਾ ਹੀ ਉਹਨਾਂ ਬਾਰੇ ਕੁਛ ਕਿਹਾ ਜਾ ਸਕਦਾ ਹੈ, ਨਾ ਹੀ ਕੁਛ ਬੋਲਿਆ ਜਾ ਸਕਦਾ ਹੈ। ਇਹੋ ਜਿਹੀ ਸ਼ਖਸੀਅਤ ਦੇ ਮਾਲਕ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਮਾ ਜੀ ਪ੍ਰਿੰਸੀਪਲ ਜਰਨੈਲ ਸਿੰਘ ਜੀ ਸੰਧੂ, ਜਿਨ੍ਹਾਂ ਦਾ ਸਮੁੱਚਾ ਜੀਵਨ, ਜੋ ਉਹਨਾਂ ਦੀ ਪਹਿਲੀ ਜ਼ਿੰਦਗੀ ਸੀ ਉਹ ਵਿੱਦਿਆ ਨੂੰ ਗ੍ਰਹਿਣ ਕਰਨ ਦੇ ਵਿੱਚ ਲੱਗੀ, ਔਰ ਜੋ ਬਾਅਦ ਦੀ ਜ਼ਿੰਦਗੀ ਸੀ ਉਹ ਇਸ ਵਿੱਦਿਆ ਨੂੰ ਰਛਨਾਉਣ ਦੇ ਵਿੱਚ, ਇਸ ਵਿੱਦਿਆ ਨੂੰ ਫੈਲਾਉਣ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ। ਮੇਰਾ ਸੰਧੂ ਪਰਿਵਾਰ ਨਾਲ 1980 ਵਿੱਚ ਬਹੁਤ ਨੇੜ ਹੋਇਆ, ਔਰ ਉਸ ਤੋਂ ਬਾਅਦ ਅੱਜ ਤੱਕ ਸੰਧੂ ਸਾਹਿਬ ਦੇ ਮੈਂ ਭਰਾਵਾਂ ਵਾਂਗੂ ਹੀ ਰਹੇ। ਜਦੋਂ ਵੀ ਸੰਧੂ ਸਾਹਿਬ ਨੂੰ ਮਿਲਣਾ ਤਾਂ ਉਹ ਛੋਟੇ ਭਰਾ ਵਾਂਗੂ ਹੀ ਉਹਨਾਂ ਨੇ ਮੈਨੂੰ ਟ੍ਰੀਟ ਕਰਨਾ, ਅਤੇ ਸਤਵਿੰਦਰਪਾਲ ਸਿੰਘ ਟੀਟੂ ਜੀ ਨੇ ਮੈਨੂੰ ਹਮੇਸ਼ਾ ਹੀ ਚਾਚਾ ਜੀ ਕਹਿ ਕੇ ਮੁਖਾਤਬ ਕਰਨਾ। ਇਹ ਪਰਿਵਾਰ ਨੂੰ ਮੈਂ ਸਾਰੇ ਮੈਥੋਂ ਪਹਿਲਾਂ ਬੁਲਾਰੇ ਸਾਰਾ ਕੁਝ ਦੱਸ ਗਏ ਹੈ, ਪਰ ਮੈਂ ਇੱਕ ਗੱਲ ਜ਼ਰੂਰ ਦੱਸਣੀ ਚਾਹੁੰਦਾ ਵੀ ਸੰਧੂ ਸਾਹਿਬ ਦੇ ਵਿੱਚ ਬੜੀਆਂ ਸਿਫਤਾਂ ਸੀ। ਇੱਕ ਤਾਂ ਇਮਾਨਦਾਰੀ ਨੰਬਰ ਇੱਕ, ਇੱਕ ਉਹ ਜਿਹੜਾ ਵਚਨ ਕਰ ਲੈਂਦੇ ਸੀ ਉਹਦੇ 'ਤੇ ਖੜ੍ਹਦੇ ਸੀ, ਜਿਹੜੀ ਉਹਨਾਂ ਨੇ ਗੱਲ ਕਹਿਤੀ ਮੁੜ ਕੇ ਉਸ 'ਤੇ ਉਹ ਪੂਰਾ ਉਤਰਦੇ। ਇੱਕ ਉਹ ਕਦੇ ਝੂਠ ਨਹੀਂ ਸੀ ਮਾਰਦੇ ਅਤੇ ਨਰਮ ਦਿਲ ਬੜੇ ਸੀ। ਪਿੱਛੇ ਜੇ ਉਹਨਾਂ ਦੇ ਸਵਰਗਵਾਸ ਹੋਣ ਤੋਂ ਕੋਈ 10 ਕੁ ਦਿਨ ਪਹਿਲਾਂ ਮੈਂ ਉਹਨਾਂ ਨੂੰ ਮਿਲਣ ਆਇਆ ਅਤੇ ਮੈਂ ਵੇਖਿਆ ਕਿ ਉਹਨਾਂ ਦੇ ਮਨ 'ਤੇ ਕੋਈ ਘਬਰਾਹਟ ਨਹੀਂ ਸੀ। ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਜਰਨੈਲ ਸਿੰਘ ਜੀ ਸੰਧੂ ਸਾਹਿਬ ਦੀ ਅੰਤਿਮ ਅਰਦਾਸ 'ਤੇ ਪਹੁੰਚੀ ਗੁਰੂ ਰੂਪ ਸਾਧ ਜੀਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਰਨ ਲਿਖਾਏ ਮੰਡਲ ਮੇ ਆਏ ਦੇ ਮਾਂ-ਬਾਪ ਅਨੁਸਾਰ ਜੋ ਵੀ ਇਨਸਾਨ ਪੈਦਾ ਹੋਇਆ ਉਸਨੇ ਜਨਮ ਲੈਣ ਤੋਂ ਪਹਿਲਾਂ ਆਪਣੇ ਮਰਨ ਦਾ ਸਮਾਂ ਟਾਈਮ ਉਹ ਨਿਸ਼ਚਿਤ ਕਵਾ ਕੇ ਲਿਆਉਂਦਾ, ਉਸ ਤਹਿਤ ਆਪਣੀ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਉਹਨਾਂ ਨੂੰ ਦਿੱਤੇ ਹੋਏ ਸਮੇਂ ਦੇ ਮੁਤਾਬਕ ਗੁਰੂ ਮਹਾਰਾਜ ਜੀ ਦੇ ਕੋਲ ਜਾਣਾ ਪੈਂਦਾ। ਉਸ ਤਹਿਤ ਸਰਦਾਰ ਜਰਨੈਲ ਸਿੰਘ ਜੀ ਸੰਧੂ ਸਾਹਿਬ ਆਪਣੀ ਯਾਤਰਾ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਰਾਜਨ, ਜਿਸ ਦਾ ਪਰਿਵਾਰ ਨੂੰ
ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ, ਇਲਾਕੇ ਨੂੰ ਬਹੁਤ ਹੀ ਗਹਿਰਾ ਦੁੱਖ ਹੈ। ਕਿਉਂਕਿ ਜੋ ਇਨਸਾਨ ਪੈਦਾ ਹੁੰਦਾ ਉਹ ਆਪਣੀ ਜ਼ਿੰਦਗੀ ਦੀ ਯਾਤਰਾ ਨੂੰ ਸ਼ੁਰੂ ਕਰਨ ਤੋਂ ਬਾਅਦ ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਉਹ ਸਾਰੇ ਲੋਕ ਹੀ ਬਹੁਤ ਕੁਛ ਕਰਦੇ ਹੈ। ਅੱਜ ਆਪਾਂ ਸਾਰੇ ਸਰਦਾਰ ਜਰਨੈਲ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਇਕੱਠੇ ਹੋਏ ਹਾਂ ਪ੍ਰਿੰਸੀਪਲ ਸਾਹਿਬ ਦੇ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ ਬਖਸ਼ਣ। ਮੇਰਾ ਇਸ ਪਰਿਵਾਰ ਨਾਲ ਬਹੁਤ ਹੀ ਨੇੜ ਦਾ ਰਿਸ਼ਤਾ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ ਥੋੜ੍ਹਾ ਟਾਈਮ ਮਿਲਿਆ ਉਹਨਾਂ ਦੀ ਛਤਰ ਛਾਇਆ ਥੱਲੇ ਤਾਲੀਮ ਹਾਸਲ ਕਰਨ ਦਾ। ਮੇਰੇ ਦੋਵੇਂ ਬੇਟੇ ਵੀ ਉਹਨਾਂ ਤੋਂ ਆਸ਼ੀਰਵਾਦ ਲੈਂਦੇ ਰਹੇ, ਕੁਛ ਦੇਰ ਲਈ ਉਹਨਾਂ ਨੇ ਵੀ ਇੱਥੇ ਪੜ੍ਹਾਈ ਕੀਤੀ। ਔਰ ਉਹਨਾਂ ਦਾ ਬੇਟਾ ਸਤਵਿੰਦਰ ਪਾਲ ਮੇਰਾ ਬਹੁਤ ਹੀ ਪਿਆਰਾ ਦੋਸਤ ਹੈ, ਭਰਾਵਾਂ ਵਰਗਾ। ਮੈਂ ਕਹਿ ਸਕਦਾ ਕਿ ਮੈਂ ਪਰਿਵਾਰ ਦਾ ਇੱਕ ਫਰਦ ਹੀ ਹਾਂ। ਉਸ ਰਿਸ਼ਤੇ ਦੇ ਮੁਤਾਬਕ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਸਾਰਿਆਂ ਨੇ ਇੱਥੇ ਆ ਕੇ ਸਾਡੇ ਨਾਲ ਦੁੱਖ ਸਾਂਝਾ ਕੀਤਾ ਔਰ ਵਾਹਿਗੁਰੂ ਅੱਗੇ ਅਰਦਾਸ ਕੀਤੀ ਤਾਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਮਿਲੇ। ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਵਾਹਿਗੁਰੂ ਭੈਣਾਂ ਦੇ ਸਿਰ ਤੋਂ ਔਰ ਬਾਈ ਦੇ ਸਿਰ ਤੋਂ ਚਲਾ ਗਿਆ। ਇੱਧਰ ਮੈਮ ਚੱਕ ਕੇ ਦੇਣਾ ਜੀ। ਔਰ ਪਰਿਵਾਰ ਵੱਲੋਂ ਬਹੁਤ ਹੀ ਸ਼ਰਧਾ ਨਾਲ